ਤੇ ਵਾਲੀ ਆ ਗਈ ਸੀ ਮਨਦੀਪ ਕੌਰ ਜੀ ਦੀ ਫਾਈਨਲੀ ਕੈਨੇਡਾ ਜਾਣ ਦੀ ਹਾਂ ਵੈਲਕਮ ਥੈਂਕ ਯੂ ਕਿਦਾਂ ਲੱਗ ਰਿਹਾ ਬਹੁਤ ਵਧੀਆ ਹਾਊਸ ਐਕਸਪੀਰੀਅੰਸ ਵਿਦ ਲੈਂਡਮਾਰਕ ਇਮੀਗ੍ਰੇਸ਼ਨ ਆਮ ਵੈਰੀ ਹੈਪੀ ਫਰੋਮ ਦੀ ਸਰਵਿਸ ਆਫ ਲੈਂਡਮਾਰਕ ਇਮੀਗ੍ਰੇਸ਼ਨ ਬਿਕੋਜ਼ ਦੇ ਆਲਵੇਸ ਗਾਈਡ ਦ ਸਟੂਡੈਂਟ ਟੂ ਰਾਈਟ ਪਾਥਵੇ ਸੋ ਵੇਅਰ ਯੂ ਫਰੋਮ ਆਈ ਐਮ ਫਰੋਮ ਕਪੂਰਥਲਾ ਕਪੂਰਥਲਾ ਤੇ ਕਪੂਰਥਲਾ ਤੋਂ ਚੰਡੀਗੜ੍ਹ ਕਿੱਦਾਂ ਰਿਹਾ ਔਰ ਮੈਂ ਜਲੰਧਰ ਆਫਿਸ ਵਿਜ਼ਿਟ ਕੀਤਾ ਸੀ ਮੇਰੀ ਫਸਟ ਟਾਈਮ ਹੋਈ ਸੀ ਮੈਂ ਨਾ ਗੱਲ ਸੀ ਮੈਂ ਨਾ ਗੱਲ ਕੀਤੀ ਸੀ ਦਿਸ ਵਾਸ ਯੂਰ ਫਰਸਟ ਟਾਈਮ ਫਸਟ ਟਾਈਮ ਅਪਲਾਈ ਕੀਤਾ ਯੈਸ ਮੈਂ ਫਸਟ ਟਾਈਮ ਅਪਲਾਈ ਕੀਤਾ ਡਿਡ ਯੂ ਵਿਜ਼ਿਟ ਐਨੀਵੇਅਰ ਐਲਸ ਔਰ ਨੋ ਨੋ ਸਟ੍ਰੇਟ ਵੇ ਕਮ ਟੂ ਹੇਅਰ ਨੋ ਕਿੰਨਾ ਪਤਾ ਲੱਗਿਆ ਕਿ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਆ ਮੈਂ ਟੀਵੀ ਤੇ ਐਡ ਦੇਖੀ ਸੀ ਓਕੇ ਤੇ ਸਟੱਡੀ ਕੀ ਸੀ ਤੁਹਾਡੀ ਪ੍ਰੀਵੀਅਸ ਬੀਐਸਸੀ ਆਈਟੀ ਬੀਐਸਸੀ ਆਈਟੀ ਅਤੇ ਹੁਣ ਕਿੰਨੇ ਪਾਸ 71 71 ਆਲਸ ਕੋ 6 ਬੈਂਡ 6 ਬੈਂਡ ਤੇ ਹੁਣ ਨੈਕਸਟ ਕਿਹੜੇ ਕਾਲਜ ਅਟ ਕੋਰਸ ਦੇ ਵਿੱਚ ਨਾਰਥ ਆਈਲੈਂਡ ਕਾਲਜ ਗਲੋਬਲ ਬਿਜ਼ਨਸ ਮੈਨੇਜਮੈਂਟ ਰਿਸਰਚ ਆਊਟ ਕੀਤਾ ਜੀ ਹਾਂਜੀ ਕਾਲਜ ਦੇ ਬਾਰੇ ਪੂਰਾ ਕੋਰਸ ਦੇ ਬਾਰੇ ਹਾਂਜੀ ਸੋ ਫਰਦਰ ਹੁਣ ਕੇ ਬੈਨ ਨੂੰ ਲੈ ਕੇ ਕੋਈ ਪ੍ਰੋਬਲਮ ਕੋਈ ਡਾਊਟ ਨੋ 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 ਡਾਊਟ ਕਲੀਅਰ ਹੈ ਸਾਰਾ ਚਲੋ ਦੈਟਸ ਬੀ ਨਾਈਸ ਗੁੱਡ ਲੱਕ ਫॉर ਯੂ ਥੈਂਕ ਯੂ